ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਉਹ ਦਿਨ ਆ ਗਿਆ ਜੀ ਜਦੋਂ ਆਪਾਂ ਡੈਡੀ ਜੀ ਨੂੰ ਗੱਡੀ ਚਲਾਉਣੀ ਸਿਖਾਵਾਂਗੇ। ਡੈਡੀ ਤੁਸੀਂ ਲਾਸਟ ਟਾਈਮ ਗੱਡੀ ਕਦੋਂ ਚਲਾਈ ਸੀਗੀ? ਇਹ ਪੁੱਤ ਤੁਹਾਨੂੰ ਵਹਿਮ ਆ ਵੀ ਡੈਡੀ ਗੱਡੀ ਨਹੀਂ ਚਲਾਉਂਦਾ। ਜਦ ਅਸੀਂ ਫੌਜ ਤੋਂ ਨੈਕ ਟੂ ਹੌਲਦਾਰ ਕੇਟਰ ਕਰਦੇ ਹਾਂ, ਸਾਨੂੰ MT3 ਗੱਡੀ ਸਿਖਾਈ ਜਾਂਦੀ ਹੈ ਕਰਾਜ। ਅੱਛਾ ਜੀ। ਓਪਨ ਖੁੱਲੀ ਜਗ੍ਹਾ ਚ ਵੀ ਜੇ ਡਰਾਈਵਰ ਬਿਮਾਰ ਹੋ ਗਿਆ ਉਰੇ ਪਰੇ ਹੋ ਗਿਆ, ਹੌਲਦਾਰ ਗੱਡੀ ਤੋਪ ਆਪਣੀ ਜਗ੍ਹਾ ਤੇ ਲਿਜਾ ਸਕਦਾ ਨਹੀਂ। ਇੱਕ ਤਾਂ ਹੁੰਦਾ ਡੈਡੀ ਉਹ ਇੱਕ ਦਿਨ ਚਲਾਉਣੀ, ਇੱਕ ਹੁੰਦਾ ਵਾ ਵੀ ਸੱਚੀ ਚਲਾਉਣੀ ਆਉਂਦੀ ਆ ਵੀ ਜਿਵੇਂ ਤੁਹਾਨੂੰ ਹੁਣ ਆਪਾਂ ਦੇਖ ਹੀ ਲੈਣਾ ਵੀ ਕਿੰਨੀ ਚਲਾਉਣੀ ਆਉਂਦੀ ਆ। ਹੁਣ ਦੇਖ ਹੀ ਲੈਣਾ, ਦੇਖ ਲਿਓ ਇਹਨੂੰ ਚਲਾਉਣ ਨੂੰ ਕੀ ਆ ਪੁੱਤ, ਥੋਤੋ ਸਿੱਖ ਲੈਣਾ ਉਵੇਂ ਚਲਾਈ ਜਾਣਾ। ਹੁਣ ਕਹਿੰਦੇ ਸਿੱਖ ਲੈਣਾ, ਦੇਖਿਆ ਉਹ ਜਗ੍ਹਾ ਬਿਆਨ ਬਦਲ ਗਏ। ਨਹੀਂ ਨਹੀਂ, ਸਿੱਖਣ ਲਈ ਸਭ ਤੋਂ ਪਹਿਲਾਂ ਕੀ ਕਰੀਏ, ਗੁਰੂ ਨੂੰ ਡਰਾਈਵਿੰਗ ਸੀਟ ਤੇ ਬਿਠਾਉਂਦੇ ਆ ਤੇ ਆਜੋ ਡੈਡੀ ਜੀ ਇੱਧਰਲੇ ਪਾਸੇ ਬੈਠੋ ਤੁਸੀਂ। ਮੈਂ ਪਹਿਲਾਂ ਰੋਡ ਤੇ ਸਿਖਾਉਣ ਲੱਗਿਆ ਜੀ, ਫਿਰ ਮੈਂ ਕਿਹਾ ਐਂ ਕਰਦੇ ਵੀ ਜਿਹੜੇ ਬੇਸਿਕਸ ਨੇ ਸਾਡੇ ਪਿੰਡ ਦਾ ਗਰਾਊਂਡ ਆ ਵੀ ਉਰੇ ਕਲੀਅਰ ਕਰ ਲੈਂਦੇ ਹਾਂ ਬੇਸਿਕਸ, ਤਾਂ ਆਪਾਂ ਆਪਣੇ ਨਾਲ ਸੁਪਰਵਿਜ਼ਨ ਲਈ ਬਹੁਤ ਹੀ ਹਾਈ ਕਲਾਸ ਡਰਾਈਵਰ ਵੀ ਲੈ ਕੇ ਆਏ ਹਾਂ ਜਿਹੜੇ ਕੈਨੇਡਾ ਦੇ ਵਿੱਚ ਟਰੱਕ ਚਲਾਉਂਦੇ ਰਹੇ ਨੇ, ਕੈਨੇਡਾ ਤੋਂ ਅਮਰੀਕਾ, ਅਮਰੀਕਾ ਕੈਨੇਡਾ ਟਰੱਕ ਚਲਾਉਂਦੇ। ਮੈਂ ਕਿਹਾ ਐਕਸਪਰਟ ਵੀ ਚਾਹੀਦੇ ਨੇ। ਬੈਠੋ ਡੈਡੀ ਜੀ, ਲਓ ਵੀ ਆਹ ਚਾਬੀ ਆ ਡੈਡੀ ਆਪਣੀ, ਠੀਕ ਆ ਜੀ। ਆਹ ਇਹਦਾ ਪਾਰਕਿੰਗ ਬ੍ਰੇਕ ਆ, ਇਹ ਵੈਸੇ ਉੱਪਰ ਹੁੰਦਾ, ਆਪਾਂ ਹੁਣ ਥੱਲੇ ਕਰ ਦਿੰਦੇ, ਠੀਕ ਆ। ਆਹ ਸਿੱਖ ਲਓ ਤੁਸੀਂ ਸਭ ਤੋਂ ਪਹਿਲਾਂ, ਆਹ ਪੀ ਦਾ ਮਤਲਬ ਆ ਵੀ ਗੱਡੀ ਜਦੋਂ ਆਪਾਂ ਖੜਾਉਣੀ ਆ ਤਾਂ ਪਾਰਕਿੰਗ ਦੇ ਵਿੱਚ ਖੜਾਉਣੀ ਆ। ਪੀ ਦਾ ਮਤਲਬ, ਆਰ ਦਾ ਮਤਲਬ ਹੈਗਾ ਰਿਵਰਸ, ਮੋੜੇ ਨੂੰ ਨਾ ਜੇ ਪਿੱਛੇ ਨੂੰ, ਅੱਛਾ ਪਿੱਛੇ ਨੂੰ ਲੈ ਕੇ ਜਾਣਾ। ਹਾਂਜੀ, ਆਹ ਹੈਗਾ ਨਿਊਟਰਲ, ਨਿਊਟਰਲ ਵੀ ਹਾਂ ਜੀ, ਉਹ ਤਾਂ ਬੇਸਿਕ ਖੜੀ ਆਪਣੀ। ਹਾਂ ਹਾਂ, ਤੇ ਆ ਹੈਗਾ ਡਰਾਈਵ, ਡਰਾਈਵ ਦਾ ਮਤਲਬ ਆ ਵੀ ਆਪਣੀ ਗੱਡੀ ਅੱਗੇ ਨੂੰ ਜਾਊਗੀ। ਬਾਕੀ ਕਾਫੀ ਜਾਣੇ ਵੀ ਹੋਣਗੇ ਜਿਨ੍ਹਾਂ ਨੂੰ ਆਟੋ ਨਹੀਂ ਪਤਾ ਹੋਣੀ, ਕਿਉਂਕਿ ਇੰਡੀਆ ਦੇ ਵਿੱਚ ਮੋਸਟਲੀ ਮੈਨੂਅਲ ਚਲਾਉਂਦੇ ਆ। ਇਹ ਸੌਖੀ ਆ ਚਲਾਉਣੀ, ਬਹੁਤ ਸੌਖੀ ਆ, ਇਹਦੇ ਵਿੱਚ ਕੁਛ ਨਹੀਂ ਕਰਨਾ ਹੈਗਾ, ਠੀਕ ਆ। ਤੇ ਚਲੋ ਆਹ ਬਟਨਾਂ ਬਾਰੇ ਤਾਂ ਬਾਅਦ ਦੀ ਗੱਲ, ਤੇ ਆਹ ਪੈਰ ਆ ਜੀ, ਆਹ ਦੇਖੋ ਰੇਸ ਤੇ ਰੱਖ ਲਿਆ ਮੈਂ ਪਹਿਲੇ। ਸੋ ਜਿਹੜੇ ਆਹ ਪੈਡਲ ਨੇ ਜੀ, ਇਹਦੇ ਵਿੱਚ ਦੋ ਹੀ ਪੈਡਲ ਹੁੰਦੇ ਆ, ਜਿਹੜੀ ਆ ਡੈਡੀ ਦੀ ਇਧਰਲੀ ਲੱਤ ਆ, ਇਧਰਲੇ ਪਾਸੇ ਹੀ ਲੱਤ, ਇਹ ਯੂਜ਼ ਨਹੀਂ ਹੋਣੀ ਡੈਡੀ। ਹਾਂ ਨਾ, ਇਹੀ ਕਰਨੀ ਆ। ਹਾਂ ਬਸ ਇਹਦੇ ਨਾਲ ਹੀ ਆਹ ਬ੍ਰੇਕ ਲਾਉਣੀ ਆ ਤੁਸੀਂ, ਤੇ ਉਹ ਰੇਸ ਲਾਉਣੀ, ਇਹਦੇ ਵਿੱਚ ਕੋਈ ਕਲੱਚ ਸਿਸਟਮ ਨਹੀਂ ਹੁੰਦਾ ਹੈਗਾ। ਹਾਂ ਹਾਂ ਹਾਂ, ਠੀਕ ਹੈ। ਤੇ ਸ਼ੁਰੂ ਕਰੀਏ ਡੈਡੀ, ਗੱਡੀ ਚਲਾਉਣ ਤੋਂ ਪਹਿਲਾਂ ਪੈਰਾਂ ਦੇ ਵਿੱਚ ਚੱਪਲ ਹੀ ਨਹੀਂ ਹੋਣੀ ਚਾਹੀਦੀ, ਬਾਥਰੂਮ ਵਾਲੀ। ਹਾਂਜੀ, ਜੁੱਤੀ ਜਾਂ ਸ਼ੂ ਹੋਣੇ ਚਾਹੀਦੇ ਨੇ। ਸਹੀ, ਹਾਂ ਸ਼ੁਰੂ ਕਰੋ ਪੁੱਤ, ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ। ਸਭ ਤੋਂ ਪਹਿਲਾਂ ਡੈਡੀ ਤੁਸੀਂ ਬ੍ਰੇਕ ਦੱਬੋ। ਹਾਂ ਦੱਬ ਤੇ, ਹਾਂ ਇਧਰਲੇ ਪੈਰ ਨੂੰ ਤਾਂ ਹੀ ਸਮਝਣਾ ਵੀ ਇਧਰਲਾ ਪੈਰ ਹੈ ਹੀ ਨਹੀਂ। ਨਹੀਂ ਮੈਂ ਪੁੱਤ ਐ ਮਗਰੇ ਰੱਖ ਨਾ, ਉੱਥੇ ਮੂਹਰੇ ਰੱਖ ਲਓ, ਰਿਲੈਕਸ, ਮੂਹਰੇ ਰੱਖ ਲਓ, ਸਗੋਂ ਉਹ ਚੱਕਿਆ ਜਾਂਦਾ। ਸਾਨੂੰ ਆਦਤ ਆ ਵੀ ਕਲੱਚ ਬ੍ਰੇਕ ਜਾਂ ਟਰੈਕਟਰ ਆ ਜਾਂਦਾ। ਹਾਂਜੀ, ਉਹ ਚੀਜ਼ਾਂ ਦਾ ਹੈਗਾ। ਸੋ ਸਭ ਤੋਂ ਪਹਿਲਾਂ ਬ੍ਰੇਕ ਦੱਬੋ ਡੈਡੀ। ਹਾਂ ਦੱਬ ਤੇ, ਕਿਤੇ ਚਾਬੀ ਨਹੀਂ ਲਾਉਣੀ ਹੈਗੀ ਆਪਾਂ, ਉੱਥੇ ਇੱਕ ਸਟਾਰਟ ਬਟਨ ਆ ਉਹ ਦੱਬੋ। ਇਹ ਆਹ, ਹਾਂਜੀ ਇਹਨੂੰ ਦੱਬ ਦੋ, ਦੱਬ ਦੋ, ਬ੍ਰੇਕ ਦੱਬ ਕੇ ਰੱਖੋ। ਕਿਹੜਾ ਕਿਹੜਾ ਦੱਬੋ? ਬ੍ਰੇਕ ਦੱਬੋ ਪਹਿਲਾਂ, ਬ੍ਰੇਕ ਦੱਬੋ। ਹਾਂਜੀ, ਅੱਛਾ ਬ੍ਰੇਕ ਦੱਬੇ ਤੇ ਸਟਾਰਟ ਹੁੰਦੀ ਆ ਇਹ। ਹਾਂਜੀ, ਹੁਣ ਜਿਵੇਂ ਜਿਵੇਂ ਤੁਸੀਂ ਬ੍ਰੇਕ ਛੱਡੇਂਗੇ ਉਹ ਗੱਡੀ ਸ਼ਾਇਦ ਮੂਹਰੇ ਨੂੰ ਤੁਰਨ ਲੱਗ ਜਾਵੇ। ਪਰ ਹਲੇ ਤੁਰੂਗੀ ਕਿਵੇਂ ਡੈਡੀ? ਸਭ ਤੋਂ ਪਹਿਲਾਂ ਕੀ ਕਰਨਾ ਆਪਾਂ? ਗੇਅਰ ਆ, ਪਾਰਕਿੰਗ ਦੇ ਵਿੱਚ ਆ। ਹਾਂਜੀ, ਇਹਨੂੰ ਪਾਰਕਿੰਗ 'ਚ ਤੁਸੀਂ ਹਾਂ ਡਰਾਈਵ ਤੇ ਪਾ ਲਿਆ ਹੁਣ ਫਿਰ ਜੇ। ਹਾਂਜੀ, ਵਾਹਿਗੁਰੂ ਜੀ। ਤੇ ਇਹਦਾ ਪੁੱਤ ਕੋਈ ਬ੍ਰੇਕ ਲਾ ਕੇ ਦੇਖ ਲਓ ਬ੍ਰੇਕ ਕਿੱਥੇ, ਤੁਹਾਡੇ ਪੈਰ ਦਾ ਹਿਸਾਬ ਆ ਜਾਊਗਾ। ਕੋਈ ਨਹੀਂ ਕੋਈ, ਤੂੰ ਫਿਕਰ ਨਾ ਕਰ, ਉਹ ਬ੍ਰੇਕ ਦੇਖ ਲਓ ਡੈਡੀ, ਦੱਬ ਕੇ ਮੂਹਰੇ ਡੂੰਘਾ ਜਿਹਾ ਲਾਦਾ ਮੈਨੂੰ। ਉਹ ਬ੍ਰੇਕ ਐਂ ਨਾ ਤੂੰ ਫਿਕਰ ਕਰ, ਚੱਕ ਤੇ ਫੱਟੇ ਡੈਡੀ ਨੇ। ਡੈਡੀ ਗੱਡੀ ਚਲਾਵੇ ਯਾਰ, ਸਨ ਰੂਫ ਨਾ ਖੋਲੀਏ ਯਾਰ, ਇਹ ਕਿਵੇਂ ਹੋ ਸਕਦਾ ਡੈਡੀ? ਰੇਸ ਤਾਂ ਦੇਣੀ ਨਹੀਂ ਹੈਗੀ ਥੋੜੀ, ਹੁਣ ਤਾਂ ਹੁਣ ਫਿਰ ਰੇਸ ਤੁਸੀਂ ਆਪਣੇ ਹਿਸਾਬ ਨਾਲ ਰੇਸ ਦੇ ਸਕਦੇ ਹੋ, ਹਰੇਕ ਗੱਡੀ ਦੀ ਰੇਸ ਅਲੱਗ ਅਲੱਗ ਹੁੰਦੀ ਆ। ਅੱਛਾ ਅੱਛਾ ਅੱਛਾ, ਹਾਂਜੀ। ਤੇ ਤੁਸੀਂ ਆਪਣੀ ਕੁਰਸੀ ਸੈੱਟ ਕਰ ਲਓ ਜੇ ਤੁਹਾਨੂੰ ਕਿਸੇ ਲੋੜ, ਠੀਕ ਆ, ਘੁਮਾ ਦੋ ਉੱਤੇ ਜੀ ਡੈਡੀ। ਮੈਂ ਘੁਮਾ ਦਈਏ? ਹਾਂਜੀ, ਮੂਰੇ ਤਾਂ ਇੱਧਰ ਤਾਂ ਘਾ ਘੂ ਵਾਲਾ ਵਾ। ਉਹ ਮੈਂ, ਤੂੰ ਫਿਕਰ ਨਾ ਕਰ ਪੁੱਤਰ, ਚਲੋ ਚਲੋ ਸਿੱਧਾ। ਹਾਂ ਰਵੀ, ਤੈਨੂੰ ਯਾਦ ਆ ਜਦੋਂ ਆਪਾਂ ਛੋਟੇ ਹੁੰਦੇ ਸਾਈਕਲ ਸਿੱਖਿਆ ਸੀ ਡੈਡੀ ਤਾਂ? ਹਾਂ, ਡੈਡੀ ਨੂੰ, ਡੈਡੀ ਜੀ ਨੇ ਬ੍ਰਹਮਾ ਜੀ ਦੀ ਭਗਤੀ ਕੀਤੀ ਆ, ਡੈਡੀ ਕੋਲੇ ਇੱਕ ਅਸਤਰ ਆ, ਜੇ ਬ੍ਰਹਮ ਅਸਤਰ ਹੁੰਦਾ ਡੈਡੀ ਕੋਲੇ ਗਿੱਚੀ ਅਸਤਰ ਆ ਕਿਸੇ ਗਿੱਚੀ ਦੀ। ਜੇ ਕਿਸੇ ਨੇ ਸਿੱਖਣਾ, ਕੋਈ ਨਹੀਂ ਸਿੱਖਦਾ ਪੁੱਤ, ਸਕੂਟਰ ਮੋਟਰਸਾਈਕਲ ਆਪਾਂ ਪੱਕੀ ਡਰਾਈਵਰੀ ਦੇ ਸਕਦੇ। ਘੁਮਾ ਕੇ ਸਿੱਧਾ ਲੈ ਜਾਓ ਡੈਡੀ, ਉੱਥੇ ਤੱਕ ਲੈ ਕੇ ਜਾਇਓ। ਉਹ ਆਪਾਂ ਉਹ ਵੀ ਕੱਢਤਾ ਸੀਗਾ, ਆਪਾਂ ਬੜਾ ਗਲਤ ਲੈ ਕੇ ਆਏ ਆ, ਉਹ ਦੇਖੋ ਗਲਤ ਲੈ ਕੇ ਆਏ। ਹਾਂਜੀ, ਤੇ ਐਂ ਕਰੋ ਡੈਡੀ, ਫਿਰ ਹੁਣ ਤੁਸੀਂ ਹੁਣ ਉਰੇ ਰੁਕੋ ਫਿਰ ਹੁਣ ਦੇਖੋ ਪੈਡਲ ਇਹਦੇ ਬਹੁਤ ਨੇ। ਕਿਹੜਾ ਬ੍ਰੇਕ? ਹਾਂਜੀ ਹਾਂਜੀ, ਉਸੇ ਪੁੱਤ ਗਾੜੀ ਜ਼ਿਆਦਾ ਖਿੱਚ ਕੇ ਤਾਂ ਰਹਿਣਾ ਤਾਂ ਕਿਹਾ ਉਹਦੇ ਨਾਲੇ ਕਰੇ ਤੋਪ ਨਹੀਂ ਹੈਗੀ ਫੌਜੀ ਦਾ ਵੇ। ਹੁਣ ਡੈਡੀ ਤੁਸੀਂ ਇਹਨੂੰ ਬੈਕ ਕਰਕੇ ਉਹਦੇ ਵਿੱਚ ਲਾਓ, ਉਹ ਜਿਹੜੀ ਜਗ੍ਹਾ ਉਹਦੇ ਵਿੱਚ ਲਾਓ ਬੈਕ ਕਰਕੇ, ਜਿਵੇਂ ਮਰਜ਼ੀ ਲਾਓ, ਪਹਿਲਾਂ ਬੈਕ ਕਰੋ। ਚਲੋ ਸੋ ਇੱਥੇ ਮੈਂ ਦੇਖਦਾ, ਨਹੀਂ ਨਹੀਂ ਵੀ ਰਿਵਰਸ ਕਰਕੇ ਲਾਉਣੀ ਆ, ਮਰਜ਼ੀ ਮੂਹਰੇ ਦਾ ਕਰ ਲਾ ਤਾਂ ਹੀ ਰਿਵਰਸ। ਹਾਂਜੀ ਹਾਂਜੀ, ਆ ਪੌਦਾ ਨਾ ਲੱਭ ਲਿਓ ਡੈਡੀ, ਫਿਰ ਇੱਕ ਵਾਰੀ ਖਿੱਚ ਕੇ ਲਾਉਣੀ ਡੈਡੀ ਤੁਸੀਂ। ਜਾਣੀ ਬਹੁਤ ਲੱਪਾ, ਹਾਂ ਉਹ ਡੈਡੀ ਨੇ ਸਹੀ ਚੁਣਿਆ। ਅਜੇ ਪੈਡਲ ਪੁੱਤ, ਹੁਣ ਡੈਡੀ ਤੁਸੀਂ ਇਹਦੇ ਵਿੱਚ ਦੇਖਣਾ ਵਾ, ਦੋਨੇ ਸ਼ੀਸ਼ੇ, ਉਹ ਸ਼ੀਸ਼ਾ ਦੇਖਣਾ, ਆਹ ਸ਼ੀਸ਼ਾ ਦੇਖਣਾ ਤੇ ਆਹ ਸ਼ੀਸ਼ਾ ਦੇਖਣਾ। ਲੋੜ ਨਹੀਂ, ਕੈਮਰਾ ਹੀ ਦੇਖ ਲਓ।
नहीं फिर भी उरे जे सेंटर च हां कैमरा देख लो दैट्स आल्सो गुड ते चलो रेडी छड्डो मैं छड्डता हां रेस दऊं माड़ी माड़ी रेस दऊं ताही रुड़ूगी हां रुड़ हो बाड़ी ते जरूर हौली भाई हौली देख देख क्या आ गया पोल आ गया ओ नहीं पता तो पोल ही होगा हां जी ब्रेक दब के करना डैडी अच्छा ब्रेक दबया ठीक है हां जी नहीं दबया थोड़ा जा दबया ठीक है ब्रेक दब के हां जी आगे करो रिवर्स गियर पा लिया थोड़ी थोड़ी रेस दबो आ देख के पोल जहा टन टन काफी जाने कह रहे सी भी नंबर 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 दी भी वीडियो जल्दी ही आऊगी डैडी बैक ला रहे ने शीशे रवि दस रहे इंस्ट्रक्शन दे रहा डैडी नू क्योंकि यह गल यह है भी कैनेडा के वधिया तरीके गड्डी चलानी सिखाई जाती है सारे रूल्स वगैरह क्लीयर करने दिया वह पोल है एक पोल है रोक लो ग्राउंड च डैडी ने ठीक चलाई गड्डी थोड़ी जी ब्रेकां मतलब खिच के ला देंगे ते हुण आपां इधर साढ़े इधर नूं राह जांदा इक पही जी आ उत्थे चला रहे ने जगवाल रोड डैडी ब्रेक ला के देखो एक बार ब्रेक लाओ आ देखो बहुत तेज लाउंदे तुसीं हौली हौली लाओ लाओ ऑटो गड्डी चलानी बहुत ही ज्यादा सौखी हो जाती है एक तो थोड़ी आ बांह नूं ਜਿਹੜੀ ਤੁਹਾਡੀ ਲੈਫਟ ਆਰਮ ਆ ਉਹਨੂੰ ਬੇਲ ਰਹਿੰਦੀ ਆ ਬਾਰ ਬਾਰ ਗੇਅਰ ਨਹੀਂ ਚੇਂਜ ਕਰਨੇ ਤੇ ਉਸੇ ਤਰ੍ਹਾਂ ਤੁਹਾਡੀ ਜਿਹੜੀ ਲੱਤ ਆ ਖੱਬੀ ਲੱਤ ਆ ਉਹ ਇੱਕ ਜਗ੍ਹਾ ਤੇ ਟਿਕੀ ਰਹਿੰਦੀ ਆ ਨਹੀਂ ਤਾਂ ਵਿਚਾਰੇ ਕਲੱਚ ਦੱਬਦਾ ਬੰਦਾ ਬਸ ਹੋ ਜਾਂਦੀ ਆ ਚਲੋ ਜਿਨ੍ਹਾਂ ਦੀ ਆਦਤ ਬਣੀ ਹੋਈ ਆ ਉਹਨਾਂ ਨੂੰ ਤਾਂ ਹਿਸਾਬ ਆ ਜਾਂਦਾ ਜਿਹੜੇ ਡੀ ਗੱਡੀਆਂ ਸੀਗੇ ਪਹਿਲੀਆਂ ਉਹਨਾਂ ਨੂੰ ਪਤਾ ਕੀ ਗੱਲ ਆ ਡੈਡੀ ਤਾਂ ਹੁਣ ਟ੍ਰੈਫਿਕ ਚ ਕੱਢ ਰਹੇ ਨੇ ਇੱਧਰ ਤੱਕ ਪਾਈ ਜਾਂਦੇ ਆ ਡੈਡੀ ਇਹ ਜਿਹੜੇ ਆਪਣੇ ਮਦੂਦਾ ਦਾ ਪੈਟਰੋਲ ਪੰਪ ਆ ਕੈਪਟਨ ਸਾਹਿਬ ਦਾ ਹਾਂਜੀ ਤੇ ਉਹਨਾਂ ਦੀ ਟ੍ਰੈਲੀ ਖੜੀ ਆ ਉਹ ਠੀਕ ਆ ਇੰਨਾ ਡੈਡੀ ਇੰਨਾ ਡੈਡੀ ਵਾਲਾ ਟਾਇਰ ਘੁਮਾਈ ਜਾਂਦੇ ਆ ਇਧਰ ਕੱਚੀ ਉਧਰ ਡੈਡੀ ਹੋ ਨਹੀਂ 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 ਤੂੰ ਕਿਹੜੀ ਗੱਲ ਕਰਦਾ ਪੁੱਤ ਕਿਹੜੀ ਗੱਲਾਂ ਕਰਦਾ ਡੈਡੀ ਜੀ ਖੱਬੀ ਲੱਤ ਨੂੰ ਤਾਂ ਮਗਰ ਹੀ ਰੱਖੇ ਹਾਂਜੀ ਮਗਰ ਨਹੀਂ ਬਸ ਉਹਦੇ ਬਰਾਬਰ ਰੱਖ ਲੈ ਸਕੋ ਉਹ ਜਿਆਦਾ ਘੱਟ ਚੱਕੀ ਜਾਂਦੀ ਆ ਚੜਾਈ ਆ ਡੈਡੀ ਦੀ ਥੋੜੀ ਰੇਸ ਰੱਖੋ ਡੈਡੀ ਥੋੜੀ ਮੈਂ ਤਾਂ ਪੁੱਤ ਆਪਣੇ ਜਾਣ ਚ ਫੇਰ ਰੱਖਿਆ ਤੁਸੀਂ ਕਹੋਗੇ ਡੈਡੀ ਜਾ ਰਹੇ ਇਹ ਰਾਹ ਵੀ ਥੋੜਾ ਜਿਹਾ ਜਾਵਾ ਡੈਡੀ ਤਾਂ ਰਾਹ ਵੀ ਆ ਜੀ ਪਹਿਲੀ ਗੱਡੀ ਦਾ ਪੁੱਤ ਐਵੇਂ ਰਾਹ ਚ ਗਾਰਾ ਵਗੈਰਾ ਬਹੁਤ ਆ ਫਿਰ ਤਾਂ ਡੈਡੀ ਨੇ ਡੱਕਰਿਆ ਕਰਨੀ ਹੁਣ ਸਨਰੂਫ ਬੰਦ ਕਰ ਦਿੰਨੇ ਏਸੀ ਚੱਲਦਾ ਕਰਦੇ ਕਰਦੇ ਪਾਵਰ ਚ ਰਹਿੰਦਾ ਮੁੰਡਾ ਸਰਕਾਰਾ ਡੈਡੀ ਬਾਹਰ ਰੋਕ ਹੀ ਲੈਣਾ ਡੈਡੀ ਤੁਸੀਂ ਅਜੇ ਪੁੱਤ ਅੱਜ ਪਹਿਲੀ ਵਾਰੀ ਸਟੇਰਿੰਗ ਤੇ ਬੈਠਾ ਹਾਂਜੀ ਹਾਂਜੀ ਨਹੀਂ ਹੌਲੀ ਹੌਲੀ ਕਰ ਲੈਣਾ ਜੇ ਤੁਸੀਂ ਆਉਣਾ ਅਗਲੀ ਗੇਰੀ ਮੈਂ ਤੁਹਾਨੂੰ ਦਿੱਲੀੋਂ ਲੈ ਕੇ ਆਉਂਗਾ ਆਏ ਝਗੜਾ ਕਰ ਦੇਣਾ ਫੇ ਤੂੰ ਕਹੇਗਾ ਡੈਡੀ ਮੈਂ ਚਲਾਉਣਾ ਮੈਂ ਕਹਣਾ ਨਹੀਂ ਪੁੱਤ ਤੂੰ ਪਿੱਛੇ ਬੈਠ ਮੂਰੇ ਰਵੀ ਬੈਠੂਗਾ ਬਾਕੀ ਜਿਵੇਂ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀਗਾ ਵੀ ਸਾਡਾ ਪਲਾਨ ਬਣ ਰਿਹਾ ਕੁੱਲੂ ਮਨਾਲੀ ਦਾ ਨਾ ਪਰ ਉਧਰ ਉਹਨੇ ਹਿਮਾਚਲ ਪ੍ਰਦੇਸ਼ ਨੇ ਇਹ ਕਹਿਤਾ ਜੀ ਸ਼ਿਮਲੇ ਚ ਤਾਂ ਮੀਂਹ ਪਈ ਜਾ ਰਿਹਾ ਮੈਂ ਦੇਖੇ ਸੀ ਵੈਦਰ ਹਿਮਾਚਲ ਪ੍ਰਦੇਸ਼ ਕਹਿੰਦਾ ਵੀ ਤੁਹਾਡੇ ਜਾਂ ਤਾਂ ਕੋਵਿਡ ਵੈਕਸੀਨ ਦੀ ਡੋਜ਼ ਲੱਗੀ ਹੋਵੇ ਉਹਨਾਂ ਨੇ ਆਪਣੀ ਵੈਬਸਾਈਟ ਤੇ ਉਹਨਾਂ ਨੇ ਜਿਹੜਾ ਆਪਣਾ ਟੂਰਿਜ਼ਮ ਵਾਲਾ ਪੇਜ ਆ ਉਹਦੇ ਵਿੱਚ ਤਾਂ ਹੀ ਲਿਖਿਆ ਵੀ ਚਾਹੇ ਪਹਿਲੀ ਡੋਜ਼ ਹੀ ਲੱਗੀ ਹੋਵੇ ਤਾਂ ਵੀ ਆ ਸਕਦੇ ਹੋ ਸਰਟੀਫਿਕੇਟ ਲੈ ਕੇ ਜਾਂ ਫਿਰ ਤੁਹਾਡੀ ਕਰੋਨਾ ਦੀ ਰਿਪੋਰਟ ਹੋਵੇ ਜਿਵੇਂ ਬਾਹਰ ਜਾਣ ਨੂੰ ਨਹੀਂ ਹੈਗੀ 72 ਘੰਟੇ ਵਾਲੀ ਉਹ ਰਿਪੋਰਟ ਚਾਹੀਦੀ ਆ ਸੋ ਮੇ ਬੀ ਕਿਸੇ ਨੂੰ ਜੇ ਨਾ ਪਤਾ ਲੱਗੇ ਅਗਲੇ ਦਾ ਅੱਜ ਜਾਂ ਕੱਲ੍ਹ ਨੂੰ ਹਿਮਾਚਲ ਪ੍ਰਦੇਸ਼ ਦਾ ਪ੍ਰੋਗਰਾਮ ਬਣ ਰਿਹਾ ਅਤੇ ਉਹਨਾਂ ਫੁੱਲੀ ਵੈਕਸੀਨੇਟਡ ਨਹੀਂ ਹੈਗੇ ਤਾਂ ਉਹਨਾਂ ਨੇ ਬੰਦ ਕਰਤਾ ਜੀ ਅਤੇ ਅਸੀਂ ਹੁਣ ਸੋਚ ਰਹੇ ਹਾਂ ਵੀ ਕਿੱਧਰ ਜਾਈਏ ਕਿਉਂਕਿ ਉੱਧਰਲਾ ਟ੍ਰਿਪ ਵੀ ਲੰਬਾ ਹੋ ਜਾਣਾ ਅਸੀਂ ਰਾਜਸਥਾਨ ਬਾਰੇ ਵੀ ਸੋਚ ਰਹੇ ਹਾਂ ਪਰ ਉੱਧਰ ਪ੍ਰੋਬੇਬਲੀ ਰਾਜਸਥਾਨ ਤਾਂ ਮੈਨੂੰ ਸਾਰਾ ਹੀ ਪਤਾ ਮੰਮੀ ਨੂੰ ਔਖਾ ਹੋ ਜਾਣਾ ਟ੍ਰਿਪ ਦੇ ਵਿੱਚ ਸੋ ਅਸੀਂ ਦੇਖਾਂਗੇ ਵੀ ਕੋਈ ਨੇੜੇ ਹੋਵੇ ਹੈ ਨਾ ਉੱਤਰਾਖੰਡ ਦੇ ਵਿੱਚ ਵੀ ਸੇਮ ਹੀ ਰੂਲ ਆ ਕੋਵਿਡ ਦਾ ਰਾਜਸਥਾਨ ਦੇ ਵਿੱਚ ਵੀ ਆ ਸੋ ਯੂ ਨੋ ਇਹ ਟਰੈਵਲ ਕਰਨਾ ਔਖਾ ਵਾ ਕੋਵਿਡ ਵਾਲੇ ਚੱਕਰਾਂ ਦੇ ਵਿੱਚ ਬਾਕੀ ਜੇ ਡੈਡੀ ਦੀ ਡਰਾਈਵਿੰਗ ਦੀ ਗੱਲ ਕਰੀਏ ਰਵੀ ਕਿੰਨੀ ਰੇਟਿੰਗ ਠੀਕ ਹਾਲ ਤਾਂ ਵਧੀਆ ਵਾ ਹਾਲ ਤਾਂ ਚਲਾਈ ਨਹੀਂ ਕਿਵੇਂ ਕੱਚੇ ਰਸਤੇ ਦੀ ਚਲਾਈ ਆ ਸੜਕ ਤੇ ਥੋੜਾ ਜਿਆਦਾ ਸੜਕ ਤੇ ਵਾ ਸੜਕ ਤੇ ਜਾ ਤਾਂ ਕੱਚੇ ਰਸਤੇ ਦਾ ਰਸਤਾ ਖਰਾਬ ਵੀ ਹੈ ਇਹਦਾ ਡੈਡੀ ਮੂੰਹ ਹੌਲੀ ਹੌਲੀ ਚੱਲਦੀ ਆ ਹੁਣ ਡੈਡੀ ਦਾ ਟੈਸਟ ਹੋ ਰਿਹਾ ਰਿਵਰਸ ਦਾ ਟਨ ਟਨ ਡੈਡੀ ਬ੍ਰੇਕਾਂ ਵਾਲੇ ਖਿੱਚ ਕੇ ਲਾਉਂਦੇ ਕੈਮਰਾ ਤੋਂ ਕੈਮਰਾ ਨਹੀਂ ਸੌਰੀ ਮੋਬਾਈਲ ਡਿੱਗਣ ਵਾਲਾ ਹੋ ਜਾਂਦਾ ਉਧਰ ਬ੍ਰੇਕ ਹੀ ਨੇ ਬਹੁਤ ਨੇ ਹਾਂਜੀ ਨਾਲ ਦੀ ਨਾਲ ਡੈਡੀ ਸ਼ੀਸ਼ੇ ਦੇਖਣਾ ਨਾਲ ਦੀ ਨਾਲ ਬੈਕ ਕੈਮਰਾ ਮੋਸਟਲੀ ਤਾਂ ਬੈਕ ਕੈਮਰਾ ਪਰ ਫਿਰ ਵੀ ਸ਼ੀਸ਼ੇ ਚੈੱਕ ਕਰੀ ਜਾਵੇ ਬ੍ਰੇਕ ਦੱਬੇ ਡੈਡੀ ਹਾਂਜੀ ਸਾਈਕਲ ਤੋਂ ਕਿਵੇਂ ਹੋ ਜੂ ਬਿਨਾ ਬ੍ਰੇਕ ਦੱਬੇ ਤੋਂ ਉਹ ਤਾਂ ਹੱਥ ਤੇ ਵੀ ਗੇਅਰ ਹੁੰਦੇ ਆ ਪੈਡਲ ਸ਼ਿਫਟਰਸ ਪਰ
ਖੁੱਲੀ ਜਗ੍ਹਾ ਤਾਂ ਆਪਾਂ ਚਲਾ ਸਕਦੇ ਆ। ਇਹ ਵੀ ਡੈਡੀ ਤੁਹਾਨੂੰ ਪੜਨਾ ਪੈਣਾ ਵੀ ਹੁਣ ਅੱਗੇ ਤੋਂ ਸਿੱਖਣਾ ਪੈਣਾ ਵੀ ਇਹ ਕਹਿੰਦਾ ਕੀ ਆ, ਰੌਲਾ ਕਹਿੰਦਾ ਪਾ ਰਿਹਾ ਬੈਲਟ ਦਾ ਪਾ ਰਿਹਾ ਸੀ ਹੁਣ। ਹਾਂ ਇਹ ਬੈਲਟ ਦਾ ਪਾ ਰਿਹਾ, ਬੈਲਟ ਉਹ ਡੈਡੀ ਨੇ ਲਾਈ ਹੋਈ ਆ। ਆਪਾਂ ਬਹੁਤ ਪਹਿਲਾਂ ਇਹਦਾ ਨਮਸਕਾਰ ਕਰਿਆ, ਮੱਥਾ ਟੇਕਿਆ। ਵਿਸ਼ਕਰਮਾ ਜੀ ਨੇ ਮਸ਼ੀਨਰੀ ਦੇ ਮਾਲਕ। ਹਾਂਜੀ ਹਾਂਜੀ ਹਾਂਜੀ। ਬ੍ਰੇਕ ਲਾਓ ਡੈਡੀ ਹੁਣ। ਹਾਂ ਠੀਕ ਸੀਗੀ, ਫਿਕਰ ਕਰਦਾ ਉਹਨਾਂ ਦੀ। ਪਾਸੇ ਹੋ ਜੋ ਨਵਾਂ ਡਰਾਈਵਰ ਆ। ਆਹ ਦੇਖੋ ਡੈਡੀ ਆਹ ਸ਼ੀਸ਼ਾ ਨੀ ਦੇਖ ਰਹੇ, ਆਹ ਮੋਟਰਸਾਈਕਲ ਵਾਲਾ ਸਾਈਡ ਚ ਲੰਘਿਆ ਡੈਡੀ, ਇੱਧਰ ਨੂੰ ਕਰਨ ਲੱਗੇ ਸੀਗੇ। ਉਹਨੇ ਵੀ ਨੀ ਪੱਟੂ ਨੇ ਹਾਰਨ ਮਾਰਿਆ। ਹਾਂਜੀ ਇਹ ਸੁਣਦਾ ਵੀ ਨੀ ਕਈ ਵਾਰ ਗੱਡੀ ਚ ਡੈਡੀ ਜੀ, ਬੰਦ ਹੁੰਦੀ ਆ ਨਾ ਸਾਰੇ ਪਾਸਿਓਂ। ਡਰਾਈਵਰੀ ਚ ਤਾਂ ਗਲਤੀਆਂ ਹੁੰਦੀਆਂ ਰਹਿੰਦੀਆਂ ਡੈਡੀ। ਨਹੀਂ ਅਜੇ ਆਪਣਾ ਪਹਿਲਾ ਦਿਨ ਵੀ। ਹਾਂਜੀ ਹਾਂਜੀ ਆ ਖੇਲਣ ਵਾਲੀ ਬਾਜ਼ ਵਾਲੀ ਚਾਹੀਦੀ ਆ। ਅਜੇ ਤਾਂ ਹੈਗੀ ਆ, ਦੇਖੋ ਦੇਵੇ ਸਲਿੱਪ ਕਿੰਨੀ ਹੁੰਦੀ ਆ। ਦੋ ਰੇਸ ਲਾ ਪੁੱਤ, ਰੇਸ ਨੂੰ ਆਪਾਂ ਨੂੰ ਵੀ ਆ ਪੈਰੇ ਦੱਬਣ, ਥੋੜਾ ਜਿਹਾ ਥੋੜੀ ਤੇਜ਼ ਕਰਕੇ ਬ੍ਰੇਕ ਲਾ ਕੇ ਦਿਖਾਓ ਡੈਡੀ। ਬ੍ਰੇਕ ਲਾ ਹੁਣ, ਰੋਕੋ ਇਹਨੂੰ ਐਨ, ਹਲੇ ਵੀ ਥੋੜੀ ਤੇਜ਼ ਲਈ ਆ। ਪਾਰਕਿੰਗ ਚ ਕਰੋ, ਗਲਤੀ ਹੋ ਗਈ ਉਧਰਲੇ ਨਾਲ ਬ੍ਰੇਕ। ਹੁਣ ਚਲੋ ਦੁਬਾਰਾ ਆਨ ਕਰੋ, ਕਿਵੇਂ ਆਨ ਕਰਨੀ ਨਾਲ ਨਾਲ ਦੱਸੋ ਸਾਰੇ। ਸਭ ਤੋਂ ਪਹਿਲਾਂ ਮੈਂ ਬ੍ਰੇਕ ਦੱਬੂ। ਹਾਂਜੀ ਸੱਜੇ ਹੱਥ ਦੀ ਉਂਗਲੀ, ਕਲਮ ਵਾਲੀ ਉਂਗਲੀ ਰਫਲ ਚਲਾਉਂਦੇ ਸੀਗੇ, ਉਹਦੇ ਨਾਲ ਇਹਨੂੰ ਸੁੱਚ ਨੂੰ ਪ੍ਰੈਸ ਕਰੋ। ਹਾਂਜੀ ਇਹ ਸਟਾਰਟ ਹੋ ਗਈ। ਅਗਲਾ ਸਟੈਪ ਕੀ ਹੈ? ਅਗਲਾ ਮੈਂ ਹੈਂਡ ਬ੍ਰੇਕ ਥੱਲੇ ਕਰੋ ਕਰੋ ਕਰਤੇ ਉਧਰ ਲੀਵਰ ਨੂੰ ਨਹੀਂ ਬ੍ਰੇਕ ਦੱਬੂ। ਬ੍ਰੇਕ ਤਾਂ ਦੱਬੀ ਹੋਈ ਨੀ ਮੇਰੇ, ਬਸ ਠੀਕ ਹੈ ਦੱਸਣਾ ਵੀ ਹੈ। ਹਾਂ ਬ੍ਰੇਕ, ਹੁਣ ਮੈਂ ਬ੍ਰੇਕ ਦੱਬੂ ਔਰ ਲੀਵਰ ਨੂੰ ਕੀ ਤੇ ਕਰੂੰਗਾ? ਡੀ ਤੇ। ਡੀ ਤੇ, ਡੀ ਦਾ ਮਤਲਬ ਹੈ ਡਰਾਈਵ। ਡਰਾਈਵ ਹਾਂ, ਹੁਣ ਤੁਸੀਂ ਡਰਾਈਵ ਕਰੋ। ਚਲੋ ਹੁਣ ਮੈਂ ਡਰਾਈਵ ਕਰਦਾ। ਸਹੀ ਹਾਂ, ਹੌਲੀ ਹੌਲੀ ਮੈਂ ਪੈਰ ਚੱਕੂ ਬ੍ਰੇਕਾਂ ਤੋਂ, ਇਹ ਗੱਡੀ ਚੱਲ ਪਈ। ਹੁਣ ਮੈਂ ਰੇਸ ਵਾਲੇ ਤੇ ਰੱਖੂਗਾ। ਡੈਡੀ ਤਾਂ ਸਿੱਖ ਗਿਆ ਵੀ ਰੇਸ ਵਾਲੇ ਤੋਂ ਰੱਖ ਕੇ ਜਿੱਥੇ ਡਿੱਕਾ ਲੱਗੂ ਖੱਡਾ ਹੋਊਗਾ ਥੋੜੀ ਜਿਹੀ ਰੇਸ ਵੱਧ ਦੇ ਦੂੰਗਾ, ਅੱਜ ਮੇਰਾ ਪਹਿਲਾ ਦਿਨ ਆ। ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਚਲਾ ਰਹੇ ਹੋ। ਮੈਨੂੰ ਤਾਂ ਸਿੱਖਣ ਦੇ ਬਹੁਤ ਫਾਇਦੇ ਨੇ ਪੁੱਤ, ਕੰਟੀਨ ਲੈ ਕੇ ਜਾ। ਡੈਡੀ ਆ ਰਹੀ ਆ ਤੇ ਡੈਡੀ ਦੀ ਹੋਰ ਕਾਲ ਹੋਊਗੀ, ਉਦੋਂ ਮੈਂ ਭੇਜੇਗਾ ਵਿਆਹ ਸ਼ਾਦੀ ਨੂੰ ਲੈ ਕੇ ਜਾਊਂਗਾ। ਬਰਾਮ ਨਾ ਹਮੇਸ਼ਾ ਆਲਦਾ ਦੇ ਪਿੱਛੇ ਸ਼ੀਸ਼ੇ ਦੇਖਦੇ ਰਹੇ, ਸ਼ੀਸ਼ਾ ਬਹੁਤ ਜ਼ਰੂਰੀ। ਬਾਹਰ ਸਾਨੂੰ ਇਹੀ ਸਿਖਾਉਂਦੇ ਵੀ ਹਰੇਕ ਤੁਸੀਂ 2 ਮਿੰਟ ਬਾਅਦ ਬਸ ਨਾਲ ਦੇ ਸ਼ੀਸ਼ੇ ਮਾੜੇ ਮਾੜੇ ਦੇਖੀ ਜਾਓ। 10 ਸਕਿੰਟ ਚ ਤਿੰਨੇ ਸ਼ੀਸ਼ੇ ਚੈੱਕ ਕਰਨੇ। ਹਾਂਜੀ ਉੱਤੇ ਜਿਹੜਾ ਜਦੋਂ ਟੈਸਟ ਹੁੰਦਾ ਡਰਾਈਵਿੰਗ ਟੈਸਟ ਹੁੰਦਾ ਤਾਂ ਤੁਹਾਡੀ ਗਰਦਨ ਐ ਚੱਲਣੀ ਚਾਹੀਦੀ ਹੈ ਉੱਤੇ ਥੱਲੇ ਆ ਸਾਰਾ ਕੁਝ। ਦੋਨੇ ਹੱਥ ਪਹਿਲਾਂ ਉਰੀ ਰਖਾਉਂਦੇ ਆ, ਜੇ ਤੁਸੀਂ ਇੱਕ ਹੱਥ ਨਾਲ ਚਲਾਓ ਮਾੜਾ ਮੰਨਦੇ ਆ ਪਹਿਲਾਂ ਪਹਿਲਾਂ ਜਦੋਂ ਵੀ ਤੁਸੀਂ ਗੱਡੀ ਚਲਾਉਣਾ ਸਿੱਖਦੇ ਹੋ ਜਾਂ ਪਹਿਲੇ ਪਹਿਲਾਂ ਚਲਾਉਣ ਲੱਗਦੇ ਹੋ ਤਾਂ ਤੁਸੀਂ ਕੁਛ ਚੀਜ਼ਾਂ ਬਹੁਤ ਹੀ ਧਿਆਨ ਚ ਰੱਖਣੀਆਂ ਨੇ। ਸਭ ਤੋਂ ਪਹਿਲਾਂ ਹੈਗੀ ਆ ਜਿਹੜੀ ਤੁਸੀਂ ਸੀਟ ਤੇ ਬਹਿਣਾ ਵਾ ਉਹਦੀ ਪਲੇਸਮੈਂਟ ਦੇਖਣੀ ਆ ਵੀ ਤੁਸੀਂ ਸਟੀਅਰਿੰਗ ਵੀਲ ਤੇ ਆਏ ਨੀ ਵੀ ਇੰਨਾ ਦੂਰ ਹੋ ਕੇ ਬਹਿ ਜਾਓ ਵੀ ਬੈਂਡ ਚਾਹੀਦਾ ਵਾ। ਸੀਟ ਦੀਆਂ ਤਿੰਨ ਤਰੀਕੇ ਨਾਲ ਤਿੰਨ ਐਕਸਿਸ ਹੁੰਦੇ ਆ ਬੇਸਿਕਲੀ। ਆ ਹੈਗਾ ਡੈਡੀ ਉਰੋ, ਤੁਸੀਂ ਉਰੋ ਹੱਥ ਪਾਉਣਾ ਉੱਪਰੋਂ ਲੇਵਰ ਆ ਉੱਥੇ ਇੱਕ ਇਹਨੂੰ ਅੱਗੇ। ਹਾਂਜੀ ਜਿੱਥੇ ਤੁਹਾਨੂੰ ਸਹੀ ਲੱਗਦਾ ਇਹਦਾ ਕੋਈ ਨਾ ਇਹ ਬੰਦ ਕਰ। ਠੀਕ, ਉਹ ਤੋਂ ਬਾਅਦ ਹੈਗਾ ਵਾ ਉੱਪਰ ਥੱਲੇ ਵੀ ਆਪਾਂ ਨੂੰ ਹੁੱਡ ਕਿੰਨੀ ਕੁ ਦਿਖਣੀ ਚਾਹੀਦੀ ਆ, ਉਹ ਹੈਗਾ ਆਹ ਵਾਲਾ ਬਟਨ ਬੈਠੇ ਦੋ ਡੈਡੀ। ਆਹ ਹੁਣ ਜਾ ਰਹੀ ਆ ਸੀਟ ਥੱਲੇ ਨੂੰ ਜਾ ਰਹੀ ਆ ਤੇ ਆਹ ਜੇ ਆਪਾਂ ਉੱਪਰ ਨੂੰ ਕਰਨੀ ਡੈਡੀ, ਉੱਪਰ ਉੱਠਣ ਦੀ ਲੋੜ ਨਹੀਂ, ਤੁਸੀਂ ਉਹ ਬਹਿ ਕੇ ਉਰੋ ਕਰ ਲਓ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਇਹ ਥੋੜਾ ਕੈੜਾ ਕਰੋ ਉੱਤੇ ਥੱਲੇ ਕਰੋ। ਆਹ ਹੁਣ ਉੱਪਰ ਜਾ ਰਹੀ ਆ, ਉੱਪਰ ਨੂੰ ਕਰੋ ਜਾਂ ਅੱਧ ਤੋਂ ਥੱਲੇ। ਹਾਂ ਹੁਣ ਉੱਪਰ ਨੂੰ ਜਾ ਰਹੀ ਆ, ਹੌਲੀ ਹੌਲੀ ਉੱਪਰ ਨੂੰ ਜਾ ਰਹੀ ਆ। ਠੀਕ ਹੈ ਜੀ, ਤੇ ਆਹ ਹੈਗਾ ਵਾ ਸੀਟ। ਹਾਂਜੀ ਇਹ ਤੁਹਾਡਾ ਪਿੱਛੇ ਨੂੰ ਟੈਂਟ ਆ ਵੀ ਜੇ ਪੈਣਾ ਰੈਸਟ ਕਰਨੀ ਆ। ਹਾਂ ਰਹੋ ਜਿਆਦਾ ਕਰ। ਹੁਣ ਠੀਕ ਆ, ਹੁਣ ਹਾਈਟ ਦੇਖੋ ਆਪਣੀ, ਉੱਚੀ ਨੀਵੀਂ ਕਰਨੀ ਆ, ਅੱਗੇ ਪਿੱਛੇ ਕਰਨੀ ਆ। ਨਹੀਂ ਲੱਗਣੇ ਚਾਹੀਦੇ ਇਹ ਤੁਹਾਡੇ ਉੱਧਰ ਲੱਗਦੇ ਨਹੀਂ ਲੱਗਦੇ। ਸਟੀਅਰਿੰਗ ਵੀਲ ਐਨ ਫੜਿਆ ਜਾ ਰਿਹਾ ਆਰਾਮ ਨਾਲ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਜੀ। ਇਸ ਤੋਂ ਬਾਅਦ ਹੈਗਾ ਤੁਹਾਡੇ ਸ਼ੀਸ਼ੇ ਜ਼ਰੂਰੀ, ਤੁਸੀਂ ਆਹ ਵਾਲਾ ਸ਼ੀਸ਼ਾ ਚੈੱਕ ਕਰਨਾ ਰੈਡੀ, ਤੁਹਾਨੂੰ ਸਿਰਫ ਉਹ ਗਬਲਾ ਦਿਖਣਾ ਚਾਹੀਦਾ ਪਰਦੇ ਦੇ, ਬਸ ਉਹ ਦੇਖ ਰਿਹਾ ਤੇ ਆਪਾਂ ਸਾਈਡ ਵਾਲੇ ਸ਼ੀਸ਼ੇ ਹਮੇਸ਼ਾ ਚੈੱਕ ਕਰਨੇ ਆ ਤੇ ਇਹੀ ਸੀਗੀ ਜੀ। ਬਾਕੀ ਤੁਸੀਂ ਉੱਤਰ ਕੇ ਆਪਣੇ ਟਾਇਰ ਵਗੈਰਾ ਹਮੇਸ਼ਾ ਚੈੱਕ ਕਰ ਲਓ ਵੀ ਪੈਂਚਰ ਤਾਂ ਨਹੀਂ ਹੈਗਾ। ਡੈਡੀ ਜੀ ਨੂੰ ਥੋੜਾ ਜਿਹਾ ਕੰਟਰੋਲਸ ਦਾ ਨਹੀਂ ਪਤਾ ਲੱਗ ਰਿਹਾ ਸੀਗਾ, ਮੈਂ ਤੁਹਾਨੂੰ ਵੀ ਸਾਰਾ ਦੱਸ ਦਿੰਦਾ ਡੈਡੀ, ਤੁਹਾਡੇ ਹੱਥ 'ਚ ਹੀ ਆ ਸਾਰਾ ਕੁਝ। ਹਾਂਜੀ ਦੱਸੋ। ਠੀਕ ਆ ਜੀ, ਤੇ ਆਹ ਬਟਨ ਦੱਬੋ। ਹਾਂਜੀ ਇਹਦੇ ਨਾਲ ਸਾਰੇ ਗੱਡੀ ਦੇ ਸ਼ੀਸ਼ੇ ਖੁੱਲ ਗਏ ਜੋ ਕਿ ਪਹਿਲਾਂ ਹੀ ਖੁੱਲੇ ਸੀਗੇ। ਹੁਣ ਨਾਲ ਦਾ ਦੱਬੋ, ਪੁਸ਼ ਕਰਨਾ ਇਹਨੂੰ। ਹਾਂਜੀ ਇਹਦੇ ਨਾਲ ਆ ਦੇਖੋ, ਆ ਸ਼ੀਸ਼ਾ ਸਾਰੇ ਹੁਣ ਸਾਰੇ ਲੌਕ ਹੋ ਗਏ ਆ ਡੋਰ ਦੇ, ਮਤਲਬ ਡਿੱਗੀ ਵੀ ਹੋਗੀ ਮਗਰ। ਹਾਂਜੀ ਸਾਰਾ ਕੁਝ ਲੌਕ ਹੋ ਗਿਆ ਇੱਕ ਤਰੀਕੇ ਨਾਲ, ਤੇ ਡਿੱਗੀ ਇਹ ਡਿੱਗੀ ਦਾ ਉਹਰੇ ਕੰਟਰੋਲ ਨਹੀਂ ਹੈਗਾ ਮੇਰੇ ਹਿਸਾਬ ਨਾਲ। ਅੱਛਾ ਤੇ ਆ ਜਿਹੜੇ ਸ਼ੀਸ਼ੇ ਨੇ ਹੁਣ ਥੱਲੇ ਕਰੋ। ਹਾਂਜੀ ਇਹਨੂੰ ਥੱਲੇ ਕਰੋ। ਹਾਂਜੀ ਇੱਕ ਵਾਰੀ ਦੱਬੋ ਇਹਦਾ। ਹਾਂਜੀ
ਇਹਦੇ ਵਿੱਚ ਤੁਹਾਡੇ ਚ ਫੰਕਸ਼ਨੈਲਿਟੀ ਆ ਵੀ ਇੱਕ ਵਾਰੀ ਦੱਬ ਕੇ ਛੱਡਤਾ ਤੁਸੀਂ ਤਾਂ ਸ਼ੀਸ਼ਾ ਪੂਰਾ ਥੱਲੇ ਆ ਜਾਂਦਾ ਵਾ। ਦੇਖੋ ਬਣਿਆ ਵੀ ਹੋਰ ਕਿਵੇਂ ਦਾ ਹੋਇਆ ਵਾ, ਇਹ ਸਾਰਿਆਂ ਤੋਂ ਹੋਰ ਕਿਵੇਂ ਦਾ ਬਣਿਆ ਹੋਇਆ ਵਾ। ਬਾਕੀ ਸ਼ੀਸ਼ੇ ਨਹੀਂ ਹੈਗੇ, ਤੁਸੀਂ ਅਸੀਂ ਜਿੰਨਾ ਕਰਾਂਗੇ ਓਨਾ ਹੀ ਥੱਲੇ ਜਾਊਗਾ, ਪਰ ਤੁਹਾਡੇ ਵਾਲਾ ਕੁਛ ਨਹੀਂ ਕਰਨਾ। ਆਪਾਂ ਇੱਕ ਵਾਰੀ ਆਪਾਂ ਉੱਪਰਲਾ ਦੱਬਣਾ, ਉਹਨੇ ਆਪਣੇ ਆਪ ਹੀ ਉੱਪਰ ਚਲੀ ਜਾਣਾ। ਇਹ ਡਰਾਈਵਰ ਨੂੰ ਇਹ ਜ਼ਿਆਦਾ ਫੈਸਿਲਿਟੀ ਦਿੰਦੇ ਆ ਇਹ, ਠੀਕ ਆ ਜੀ। ਬਾਕੀ ਆ ਹੋ ਗਿਆ ਜਿਵੇਂ ਤੁਸੀਂ ਕਦੇ ਹਾਈ ਟ੍ਰੈਫਿਕ ਏਰੀਆ ਚੋਂ ਨਿਕਲ ਰਹੇ ਹੋ ਜਾਂ ਵੈਸੇ ਪਾਰਕ ਕਰਕੇ ਗਏ ਹੋ ਗੱਡੀ, ਵੀ ਮੇਰੇ ਸ਼ੀਸ਼ੇ ਕਿਤੇ ਨਾ ਲੱਗਣ, ਕਿਤੇ ਸ਼ੀਸ਼ੇ ਬੰਦ ਹੋ ਜਾਣੇ ਆ ਦੋਵੇਂ ਸਾਈਡਾਂ ਤੋਂ, ਦੋਵੇਂ ਸਾਈਡ ਉਹੀ ਦੁਬਾਰਾ ਦੱਬ ਲਓ ਖੁੱਲ ਜਾਣੇ ਆ, ਠੀਕ ਆ। ਤੇ ਜਦੋਂ ਸ਼ੀਸ਼ੇ ਸੈੱਟ ਕਰਨੇ ਆਪਾਂ ਸੈਂਟਰ ਚ, ਜੇ ਆਪਾਂ ਇੱਧਰ ਲੱਗ ਰਾਂਗੇ ਤਾਂ ਉਰੇ ਨੂੰ ਹੋਊਗਾ, ਤਾਂ ਆ ਹੁਣ ਜਦੋਂ ਆਪਾਂ ਇਹਨੂੰ ਘੁਮਾਉਣਾ ਤਾਂ ਉਧਰਲਾ ਸ਼ੀਸ਼ਾ ਹਿੱਲੂਗਾ, ਦੇਖੋ ਕਰੋ ਫਿਰ। ਹਾਂਜੀ, ਉਹਨੂੰ ਵੀ ਤੁਹਾਨੂੰ ਪਿੱਛੋਂ ਸਾਰਾ ਦਿਖਣਾ ਚਾਹੀਦਾ, ਤੇ ਆਹ ਸਾਰੇ ਗਾਣੇ ਗੁਣੇ ਵਾਲੇ ਬਟਨ ਹੋਗੇ, ਤੁਸੀਂ ਹੌਲੀ ਹੌਲੀ ਗਾਣੇ ਵਾਲੇ ਬਾਅਦ ਚ ਦੇਖਾਂਗੇ, ਪਹਿਲਾਂ ਅੱਜ ਆਪਾਂ ਇੰਨੇ ਹੀ ਚੱਕ ਲਈਏ। ਚਲੋ ਹੁਣ ਸਟਾਰਟ ਕਰੀਏ ਫਿਰ। ਹਾਂਜੀ ਲਓ ਜੀ, ਗੱਡੀ ਸਟਾਰਟ ਹੀ ਹੈ। ਆਪਣੇ ਉਹ ਹੈਂਡ ਬ੍ਰੇਕ ਥੱਲੇ ਆ, ਹਾਂਜੀ ਬ੍ਰੇਕ ਦੱਬ ਲੇ, ਲੀਵਰ ਨੂੰ ਕਰਨਾ, ਹਾਂ ਡਰਾਈਵ ਤੇ ਕਰਨਾ, ਡਰਾਈਵ ਤੇ ਕਰਤਾ। ਚਲੋ ਜੀ, ਤੁਰਨ ਤੋਂ ਪਹਿਲਾਂ ਸ਼ੀਸ਼ੇ ਵੀ ਮਾੜੇ ਚੈੱਕ ਕਰ ਲਓ ਵੀ ਮੋਟਰਸਾਈਕਲ ਵਾਲਾ ਹੁੰਦਾ ਤੇਜ਼ ਨਹੀਂ, ਐਨ ਸ਼ੀਸ਼ੇ ਠੀਕ ਨੇ। ਹਾਂਜੀ, ਜੇ ਤੁਸੀਂ ਹੋਰ ਸੇਫਟੀ ਮੇਕ ਸ਼ੋਰ ਕਰਨੀ ਆ, ਜਦ ਤੁਸੀਂ ਤੁਰਨਾ ਵਾ ਉਦੋਂ ਆਪਣਾ ਇੰਡੀਕੇਟਰ ਦੇ ਦੋ ਤੁਰਨ ਤੋਂ ਪਹਿਲਾਂ। ਹਾਂ, ਜਿੱਧਰੋਂ ਵੀ ਨਿਕਲਣਾ ਵਾ ਇੰਡੀਕੇਟਰ ਜ਼ਰੂਰੀ ਆ, ਉਹ ਇੰਡੀਕੇਟਰ ਇੰਨਾ, ਬਾਕੀ ਫੇਰ ਸਿੱਖ ਲਾਂਗੇ। ਹਾਂਜੀ, ਪਹਿਲਾਂ ਕੰਟਰੋਲ ਸਿੱਖੋ ਮੇਨ ਤਾਂ, ਮੇਨ ਤਾਂ ਤੁਹਾਨੂੰ ਤਾਂ ਰੈਡੀ ਕੁਛ ਹੈ ਹੀ ਨਹੀਂ ਆਪਣੀ ਗੱਡੀ ਦੇ ਵਿੱਚ, ਤਾਂ ਆਪਾਂ ਤਾਂ ਸਿਰਫ ਸਟੀਅਰਿੰਗ ਵੀਲ ਕੰਟਰੋਲ ਕਰਨਾ ਤੇ ਆਪਣੀ ਇੱਕ ਲੱਤ ਕੰਟਰੋਲ ਕਰਨੀ ਆ ਬਸ। ਲੱਤ ਨੂੰ ਤਾਂ ਕਹਿੰਦਾ ਕਈ ਵਾਰੀ ਰੱਸੀ ਬੰਨਣੀ ਪੈਣੀ ਆ, ਇਹ ਠਾ ਬ੍ਰੇਕ ਤੇ ਜਾ ਲੱਗਦੀ ਆ। ਹਾਂਜੀ, ਇੱਧਰ ਹੀ ਲੱਤ ਯੂਜ਼ ਹੀ ਨਹੀਂ ਕਰਦੀ, ਆਹੀ ਸਮਝ ਲਓ ਵੀ ਹੈ ਹੀ ਨਹੀਂ। ਨਹੀਂ ਲੱਤ ਤਾਂ ਹੈਗੀ ਆ, ਸਮਝਣਾ ਨਹੀਂ, ਫਿਰ ਇੱਕ ਹੋਰ ਆਪਸ਼ਨ ਵੀ ਹੈਗਾ, ਮਸਾ ਤਿੱਖਾ ਕੀਤਾ, ਲੱਤ ਦੀ ਮਾਲਿਸ਼ ਕਰ ਦੇਣੀ ਔਰ ਰਿਲੈਕਸ ਹੋ ਜੂਗੀ, ਫਿਰ ਆਪਣੇ ਆਪ ਟਿਕੀ ਰਹੂ। ਮੈਨੂੰ ਡੈਡੀ ਕੁਛ ਹੋਰ ਲੱਤਾਂ ਵੀ ਕੁਛ ਹੋਰ ਕਹਿੰਦਾ ਹੈ ਡੈਡੀ, ਇੰਨਾ ਇੱਧਰ ਨੂੰ ਕਾਹਦੇ ਕਰਦੇ ਹੋ? ਨਹੀਂ ਉਹ ਰਸਤਾ ਹੈਗਾ ਡੈਡੀ, ਆਸ ਤੂੰ ਤੂੰ ਕਿਹੜੀ ਗੱਲ ਕਰਦੇ? ਫੁੱਟ ਦਾ ਫਰਕ ਆ, ਤੂੰ ਡੇਢ ਦਾ ਥੱਲੇ ਲਾਉਣਾ ਵਾ, ਜੇ ਤੁਸੀਂ ਉਹਨੂੰ ਕ੍ਰੋਸ ਕਰ ਰਹੇ ਹੋ ਜਾਂ ਤਾਂ ਪਹਿਲਾਂ ਰੋਕ ਲਓ, ਜਾਂ ਤੁਸੀਂ ਤੇਜ਼ ਕਰਕੇ ਕੱਢ ਦੇਣਾ ਸੀਗਾ, ਹੁਣ ਉਹਨੂੰ ਤੁਸੀਂ ਕਨਫਿਊਜ਼ ਕਰਤਾ। ਆਹੀ ਮੈਂ ਲਈ, ਚਲੋ ਪਿੰਡ ਹੀ ਆ, ਕੋਈ ਨਾ ਬੈਲਟ ਲਾਉਣੀ ਜ਼ਰੂਰੀ ਆ, ਮੈਂ ਵੀ ਲਾਈ ਲੈਣਾ ਮੇਰੀ ਗੱਲ ਸੁਣ, ਥੋਡੀ ਚੱਕਣ ਕਰਕੇ ਮੈਂ ਆਪਣਾ ਬਾਂਦਰ ਲੜਾ ਨਹੀਂ ਕਰਾਂਗਾ, ਤੁਸੀਂ ਫਿਰ ਕਹੋਗੇ ਡੈਡੀ ਤੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ। ਹੁਣ ਡੈਡੀ ਇੱਕ ਵਾਰੀ ਬ੍ਰੇਕ ਲਾ ਕੇ ਦਿਖਾਇਓ ਮੈਨੂੰ ਵੀ, ਤੁਸੀਂ ਸਹੀ ਲਾਉਂਦੇ ਹੋ? ਕੋਈ ਨਹੀਂ, ਆਹ ਦੇਖੋ ਡੈਡੀ ਕਿੰਨੀ ਤੇਜ਼ ਮਾਰਦੇ ਹੋ ਤੁਸੀਂ ਬ੍ਰੇਕ, ਇਹ ਸਮੂਥ ਹੋਣਾ ਚਾਹੀਦਾ, ਬੰਦੇ ਦੇ ਹੱਥ ਚ ਕਾਫੀ ਆ, ਉਹ ਡੁੱਲਣੀ ਨਹੀਂ ਚਾਹੀਦੀ, ਉਹ ਡਰ ਕੇ ਹੋਣੇ ਜਿਹੜੇ ਵਿੱਚ ਆਉਂਦੇ ਹੋਣੇ ਆ, ਕਹਿੰਦੇ ਬਹੁਤ ਬ੍ਰੇਕ ਮਾਰੇ ਆਪਣੀ, ਦੇਖ ਲੈ ਜੀਰੀ ਪਾਣੀ ਨੇ ਉਹ ਕਰਤੀ। ਪਹਿਲਾਂ ਇੰਨੇ ਲੈਂਦੇ ਹੁੰਦੇ ਸੀਗੇ, 45 ਮਿੰਟ ਦਾ ਇੱਕ ਲੈਸਨ ਹੁੰਦਾ ਵਾ ਉੱਥੇ ਜੋ ਸਿਖਾਉਂਦੇ ਆ ਡਰਾਈਵਿੰਗ ਕਲਾਸ। ਠੀਕ 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 ਠੀਕ।
ਡੈਡੀ ਦੀ ਚਲਾਈ ਤੇ ਵੀ ਦੱਸ ਕਿੰਨੀ ਐਵਰੇਜ ਆਈ ਆ ਗੈਸਟ ਦਾ ਮੈਂ ਦੱਸ ਦਿੰਦਾ 3.5 3.8 ਕਿੰਨੇ ਰੋਡ ਹੋ ਰਹੇ ਆ ਉਹ ਇੰਨੀ ਤਾਂ ਮੁੜਦੀ ਹੁੰਦੀ ਹੈ ਪਹਿਲਾਂ ਮੁੜ ਹੁਣ ਆ ਗਿਆ ਆਪਣਾ ਘਰ ਹੁਣ ਡੈਡੀ ਨਹੀਂ ਪਰ ਤੂੰ ਜਟਾਣੇ ਤੱਕ ਜਾ ਕੇ ਆਉਂਦੀ ਹੈ ਤੁਹਾਨੂੰ ਹੋਣਾ ਵੀ ਚਾਹੀਦਾ ਪਾਰਟੀ ਵੀ ਹੋ ਗਈ ਹੋ ਜਾਣੀ ਹੈ ਡੈਡੀ ਦਾ ਦੱਸੋ ਪੁੱਤ ਕੀ ਖਾਣਾ ਉਹੀ ਚੀਜ਼ ਲਿਆ ਦੂੰ ਵੀ ਡੈਡੀ ਵਧੀਆ ਚਲਾ ਰਿਹਾ ਡੈਡੀ ਬਸ ਸਪੀਡ ਕੰਟਰੋਲ 'ਚ ਹਮੇਸ਼ਾ ਹਾਂ ਸਪੀਡ ਦਾ ਡੈਡੀ 28 ਤਾਂ ਮੈਨੂੰ 80 ਤੇ ਹੀ ਲੱਗਦੇ ਆ 40 ਓਏ ਚੱਕ ਤੂੰ 40 42 ਦਬਦਾ ਨਹੀਂ ਜੱਟ ਅੱਜ ਓ ਬੜਾ ਦੇਖੀ ਕਿ 50 ਹੋ ਗਈ ਫਿਰ ਆਪਾਂ ਘੱਟ ਜਾਂਦਾ 50 ਹੋ ਗਈ 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 ਸਰਦਾਰ ਨੂੰ ਮਾਰ ਦੋ ਹੌਲੀ ਡੈਡੀ ਹੌਲੀ ਹੌਲੀ ਕਰ ਦੋ ਉਹ ਮੈਂ ਕਿਹਾ ਪੀਕਣ ਲੱਗਾ ਇਹ ਸਪਰੇ ਵਾਲੀ ਢੋਲ ਕੇ ਤੇ ਹੋਰ ਖੇਤ ਨੂੰ ਉਹ ਡੈਡੀ ਉਹ ਇੱਧਰ ਨੂੰ ਕਰਦਾ ਸੀ ਓਏ ਉੱਧਰ ਨੂੰ ਕਰਦਾ ਸੀ ਇਹ ਸੜਕ ਦੀ ਮਹੱਤਤਾ ਵਾ ਜੀ ਉਰੇ ਮੈਂ ਸਾਈਕਲ ਸਿੱਖਿਆ ਉਰੇ ਰਵੀ ਨੇ ਸਾਈਕਲ ਸਿੱਖਿਆ ਉਰੇ ਮਨਰਾਜ ਮਨਰਾਜ ਨੇ ਰਾਜਦੀਪ ਨੇ ਤੇ ਉਰੇ ਅੱਜ ਡੈਡੀ ਗੱਡੀ ਸਿੱਖ ਰਹੇ ਨੇ ਇਹ ਰੋਡ ਕਰਮ ਵਾਲਾ ਆਪਣੇ ਵਕਤ ਹਾਂਜੀ ਅੱਛਾ ਸਕੂਟਰ ਵੀ ਮੈਂ ਇੱਥੋਂ ਸਿੱਖਿਆ ਸੀਗਾ ਕਦੇ ਜੇ ਕੁਛ ਡਿੱਗਦਾ ਆ ਰਿਹਾ ਆਪਾਂ ਨੂੰ ਮੋਟਰਸਾਈਕਲ ਸਕੂਟਰ ਵਾਲੇ ਨੂੰ ਆਦਤ ਹੁੰਦੀ ਆ ਆਪਾਂ ਐ ਕਰ ਲੈਂਦੇ ਆ ਜਦੋਂ ਪੱਤੇ ਕਈ ਵਾਰ ਵੱਜਦੇ ਆਪਾਂ ਐ ਕਰ ਲੈਂਦੇ ਆ ਪਿੱਛੇ ਨੂੰ ਜਦਕਿ ਉਦੋਂ ਇਹ ਚ ਤਾਂ ਕਿਹੜਾ ਵੱਜਣਾ ਇਹਦਾ ਸ਼ੀਸ਼ਾ ਓਵੇਂ ਨਹੀਂ ਕਰਨਾ ਹੈਗਾ ਕਈ ਵਾਰ ਅੱਖਾਂ ਬੰਦ ਕਰ ਲੈਂਦਾ ਬੰਦਾ ਫੁੱਲੀ ਫੋਕਸਡ ਬਸ ਆ ਦੇਖ ਮੇਨ ਗੱਲ ਇਹ ਚ ਬ੍ਰੇਕ ਦਾ ਰੱਖਣਾ ਵੀ ਹੋਰ ਕੁਝ ਹੋ ਜੇ ਨਾ ਹੋ ਜੇ ਬ੍ਰੇਕ ਮੈਂ ਜ਼ਰੂਰ ਲਾ ਦਿੰਦਾ ਬ੍ਰੇਕ ਆ ਕਈ ਵਾਰ ਹੁੰਦਾ ਦੱਬਣੀ ਹੁੰਦੀ ਆ ਬ੍ਰੇਕ ਅਗਲਾ ਰੇਸ ਦੱਬ ਦਿੰਦਾ ਗਲਤੀ ਨਾਲ ਇਹ ਸਕੂਟਰ ਦਾ ਵੀ ਐਕਸੀਡੈਂਟ ਇਹ ਗਲਤੀ ਚ ਬਹੁਤ ਹੋ ਜਾਂਦਾ ਸਿੱਖਣ ਟਾਈਮ ਤਾਂ ਬਹੁਤ ਹੋਏ ਨੇ ਆਪਾਂ ਤੋਂ ਵੀ ਕੇਰਾ ਹੋ ਗਿਆ ਸੀਗਾ ਥੋੜੇ ਟਾਈਮ ਚ ਪਰ ਆਪਾਂ ਕੰਟਰੋਲ ਹੁਣ ਸਿੱਖ ਗਏ ਹੋਈ ਹੋਰ ਤੁਹਾਡਾ ਉੱਪਰ ਜੀ ਗੜਾ ਘੜਾ ਕੇ ਲਿਆਵਾਂ ਜਟਾਣੇ ਦੇ ਹਾਂਜੀ ਆ ਮੈਨੂੰ ਸਮਝਾਉਂਦੇ ਰਹੋ ਕਦੇ ਕਹੋ ਵੀ ਸਾਡਾ ਡੈਡੀ ਆ ਤੁਸੀਂ ਮੇਰੇ ਹੁਣ ਉਸਤਾਦ ਹੋ ਚੱਲਿਆ ਗੱਲ ਆਇਆ ਵੀ ਦੂਰਦਰਸ਼ਨ ਲਿਆ ਇਧਰ ਪਹਿਲਾਂ ਚਾਹੀਦੀ ਆ ਚਾਹੀਦੀ ਦੱਸੋ ਕਿਹੜੀ ਦੂਰਦਰਸ਼ਨ ਲੈਣੀ ਦੂਰਦਰਸ਼ਨ ਨਹੀਂ ਗੁਰੂ ਦਰਸ਼ਨ ਗੁਰੂ ਦਰਸ਼ਨ ਠੀਕ ਹੈ ਠੀਕ ਹੈ ਦਰਸ਼ਨ 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 ਤੁਹਾਡੀ ਮੰਮੀ ਆ ਹਾਂ ਦਕਸ਼ਨ ਦਕਸ਼ਨ ਹਾਂ ਹੁਣ ਡੈਡੀ ਪਿੰਡ ਚ ਚਲਾ ਰਹੇ ਨੇ ਨਾਲ ਦੇ ਪਿੰਡ ਚ ਜਟਾਣਾ ਪਿੰਡ ਆ ਚਲੋ ਅਸੀਂ ਆਪਦੇ ਪਿੰਡ ਤੋਂ ਬਾਹਰ ਆ ਗਏ ਜੇ ਉਰੇ ਕਿਸੇ ਚ ਵੱਜਿਆ ਕੋਈ ਚੱਕਰ ਨਹੀਂ ਲਾਂਬਾ ਨਹੀਂ ਆਊਗਾ ਡੈਡੀ ਜੀ ਪੂਰਾ ਉੱਪਰ ਦੀ ਗੇੜਾ ਦੇ ਆਏ ਹਲੇ ਮਤਲਬ ਮੇਰੇ ਹਿਸਾਬ ਨਾਲ ਤੁਹਾਨੂੰ ਡੈਡੀ ਦਰਾਹੇ ਜੇ ਲੈ ਕੇ ਜਾਣੀ ਗੱਡੀ ਉਦੋਂ ਪਹਿਲਾਂ ਨਹੀਂ ਨਹੀਂ ਅਜੇ ਲਾਇਸੈਂਸ ਲੈਣੇ ਨੇ ਕਈ 5-7 ਲਾਇਸੈਂਸ ਚਾਹੀਦੇ ਆ 5-7 ਆ ਦੇਖ ਕੇ ਬੁੜੀ ਹੋ 5 ਤੋਂ ਵੀ 10 ਲਾਇਸੈਂਸ ਚਾਹੀਦੇ ਉੱਠ ਗੜੀ ਬੀਬੀ ਪਹਿਲਾਂ ਹੀ ਉਦੋਂ ਨੂੰ ਕਰ ਲਾ ਨਹੀਂ ਭੈਣੇ ਇਹ ਤਾਂ ਉੱਥੇ ਜਾਣ ਅਣਜਾਣ ਬੰਦਾ ਗਲਤ ਵੀ ਕਰ ਦਿੰਦਾ ਹਾਂਜੀ ਹਾਂਜੀ ਬੇਟਾ ਲਾਇਸੈਂਸਾਂ ਦੇ ਹਿਸਾਬ ਨਾਲ ਸਿੱਖਦਾ ਬੱਚਾ ਹਾਂਜੀ ਹਾਂਜੀ ਹੁਣ ਇੱਕ ਦਿਨ ਤਾਂ ਮੈਂ ਪਹਿਲਾਂ ਤੈਨੂੰ ਸਟੀਅਰਿੰਗ ਹੀ ਚਲਾਉਣਾ ਹੁਣ ਹਾਂ ਵੀ ਇੱਧਰ ਨੂੰ ਕਿਵੇਂ ਮੋੜਨਾ ਉੱਪਰ ਨੂੰ ਕਿਵੇਂ ਮੋੜਨਾ ਹੁਣ ਆਪਾਂ ਨੇ ਕਾਰਾਂ ਵੀ ਕੱਢਤੀ ਮੋਟਰਸਾਈਕਲ ਕੱਢ ਹਾਂਜੀ ਕਿਉਂਕਿ ਆਪਣੀ ਸੋਚ ਵੀ ਉਦਾਂ ਹੁੰਦੀ ਆਪਾਂ ਨੂੰ ਪਤਾ ਨਹੀਂ ਹੁੰਦਾ ਜਿਵੇਂ ਆਪਾਂ ਮੋਟਰਸਾਈਕਲ ਸਕੂਟਰ ਚਲਾਇਆ ਮੋਸਟ ਆਫ ਦਾ ਟਾਈਮ ਉਰੇ ਹੁਣ ਜਿਹੜੀ ਸੜਕਾਂ ਕਈ ਜਗ੍ਹਾ ਤੋਂ ਐ ਹੁੰਦੀ ਆ ਵੀ ਦੋ ਗੱਡੀਆਂ ਨਿਕਲੇ ਨਹੀਂ ਸਕਦੀਆਂ ਫਿਰ ਆਪਾਂ ਨੂੰ ਪਹਿਲਾਂ ਹੀ ਸੋਚਣਾ ਪੈਂਦਾ ਵੀ ਅੱਛਾ ਮੈਂ ਉੱਥੇ ਰੋਕੂਗਾ ਜਾਂ ਉਹ ਬੰਦਾ ਮੂਹਰੇ ਵਾਲਾ ਉੱਥੇ ਰੋਕੂਗਾ ਹੁਣ ਆਪਾਂ ਨੂੰ ਮਿਲੀ ਹੋਈ ਆ ਹਾਂਜੀ ਉਹ ਬੰਦਾ ਕਿੰਨਾ ਵਧੀਆ ਸੀਗਾ ਹਾਂਜੀ ਹਾਂਜੀ ਵਿੱਚ ਜੀ ਪੁੱਤ ਹੌਲੀ ਜਾਊਗੀ ਆਪਾਂ ਪਿੰਡ ਦੇ ਵਿੱਚ ਦੀ ਹੁਣ ਅਸੀਂ ਮਾੜੀ ਜੀ ਟ੍ਰੇਨਿੰਗ ਦੇ ਰਹੇ ਹਾਂ ਡੈਡੀ ਜੀ ਨੂੰ ਤੇ ਇੱਧਰ ਗੁਰਦੁਆਰਾ ਸਾਹਿਬ ਮੱਥਾ ਟੇਕ ਲਈ ਬਚਾਅ ਹੋ ਗਿਆ ਸਤਨਾਮ ਬਚਾਅ ਹੋ ਗਿਆ ਕਾਹਦਾ ਬਚਾਅ ਹੋ ਗਿਆ ਹਾਂਜੀ ਕਾਹਦਾ ਜੇ ਪਹਿਲਾਂ ਘਰੇ ਪਹੁੰਚੀ ਫਿਰ ਦੱਸਾਂਗੇ ਹਾਲੇ ਨਹੀਂ ਦੱਸਣਾ ਹੈਗਾ ਇੱਕ ਡੈਡੀ ਇੱਧਰ ਚਾਚਾ ਜਾਂਦਾ ਘਰ ਚ ਹਾਂ ਤੁਸੀਂ ਬੜੇ ਹੋ ਡੈਡੀ ਹੋਰ ਕੌਣ ਬੜੇ ਤੇ ਡੈਡੀ ਜਾ ਹੁਣ ਦੇਖੋ ਪਿੱਛੇ ਨਾ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਰੇਸ ਦੋ ਰੇਸ ਦੋ ਰੇਸ ਦੋ ਰੇਸ ਦੋ ਹਾਂਜੀ 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 ਰੇਸ ਹੋਰ ਰੇਸ ਦੋ ਹਰੇ ਪਾਰਕਿੰਗ ਚ ਲਾ ਦੋ ਹੁਣ ਓਨੀ ਦੇਰ ਪਾਰਕਿੰਗ ਚ ਲਾ ਕਰੋ ਵੀ ਫਿਰ ਵੀ ਦੇਖਣਾ ਵੀ ਪਿੱਛੇ ਨੂੰ ਤਾਂ ਨਹੀਂ ਰੁੜ ਰਹੀ ਮਾੜੀ ਨਹੀਂ ਜ਼ਰੂਰ ਹੁਣ ਤੁਹਾਡੇ ਲਈ ਵੀ ਇੱਕ ਕੁਐਸਚਨ ਆ ਤੁਸੀਂ ਇਹ ਦੱਸਣਾ ਵੀ ਜਿਹੜਾ ਪਾਰਕਿੰਗ ਬ੍ਰੇਕ ਆ ਪਾਰਕਿੰਗ ਚ ਗੱਡੀ ਲਾਤੀ ਗੱਡੀ ਖੜੀ ਆ ਤੇ ਜਿਹੜਾ ਹੈਂਡ ਬ੍ਰੇਕ ਆ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਹੈ ਹੁਣ ਤੂੰ ਚਲਾ ਫਿਰ ਕਿਤੇ ਗਾਹ ਗੇਟ ਚ ਨਾ ਲੱਗੇ ਨਹੀਂ ਨਹੀਂ ਡੈਡੀ ਚੱਲੋ ਚੱਲੋ ਉਹ ਚੱਲੋ ਡੈਡੀ ਚੱਲ ਹੌਲੀ ਹੌਲੀ ਚੱਲਾਂਗੇ ਆਪਾਂ ਜਲਦੀ ਕਰ ਹੁਣ ਤੱਕ ਡੈਡੀ ਖੋਲਦਾ ਰਿਹਾ ਮਿੰਟ ਲਾਉਂਦਾ ਚੱਲ ਚੱਲ ਹੌਲੀ ਹੌਲੀ ਜਾਣਾ ਆਪਾਂ ਹਾਂਜੀ ਮੋਸਟਲੀ ਇੱਕ ਸਾਈਡ ਦੇਖ ਕੇ ਚੱਲਣਾ ਵੀ ਇੱਕ ਸਾਈਡ ਤਾਂ ਜਮਾ ਹੀ ਨਾ ਲੱਗੇ ਹੌਲੀ ਕਰੋ ਹੌਲੀ ਹੌਲੀ ਹੌਲੀ
ਇੰਨਾ ਖਿੱਚ ਕੇ ਨਹੀਂ ਹੌਲੀ ਹੌਲੀ ਚੱਲਣਾ ਨਾ ਸ਼ੀਸ਼ੇ ਦੇਖ ਰਹੇ ਹੋ ਸਿੱਧਾ ਦੇਖੀ ਜਾ ਰਹੇ ਹੋ ਸਾਨੂੰ ਤਾਂ ਅਜੇ ਜੱਟ ਪਸਾਰਾ ਕਰਨਾ ਵੀ ਦੋਨੇ ਚੀਜ਼ਾਂ ਆਪਾਂ ਮੈਂ ਮੋਸਟਲੀ ਇੱਕ ਦੇਖਦਾ ਵੀ ਇੱਕ ਸਾਈਡ ਤਾਂ ਜਮਾ ਹੀ ਨਾ ਲੱਗੇ ਉਹਦੇ ਕੋਲ ਚ ਹੀ ਕੱਢੂੰਗਾ ਮੈਂ ਜਮਾ ਤੇ ਦੂਜੀ ਚ ਫਿਰ ਗੈਪ ਰਹੀ ਜਾਂਦਾ ਮੋਸਟਲੀ ਚਲੋ ਨਹੀਂ ਨਹੀਂ ਡੈਡੀ ਅੱਗੇ ਕਰੋ ਆਪਾਂ ਜਾਵਾਂ ਉਹ ਨਹੀਂ ਜਾਵਾਂਗੇ ਆਪਾਂ ਯਾਰ ਚਲੋ ਜਾਣ ਦਿਓ ਜਾਣ ਦਿਓ ਜਾਣ ਦਿਓ ਜਾਣ ਦਿਓ ਥੋੜ੍ਹੀ ਰੇਸ ਦਿਓ ਦੱਸੋ ਨਾ ਹਾਂਜੀ ਹੁਣ ਬ੍ਰੇਕ ਤਾਂ ਨਹੀਂ ਤੇ ਹਲੇ ਅੱਗੇ ਕਰੋ ਅੱਗੇ ਨਹੀਂ ਨਹੀਂ ਡੈਡੀ ਆਪਾਂ ਸਹੀ ਤੁਸੀਂ ਉਹ ਲਾਉਣੀ ਆ ਚਲੋ ਅੱਗੇ ਕਰੋ ਮਾੜੀ ਜੀ ਹੌਲੀ ਹੌਲੀ ਬ੍ਰੇਕ ਰੇਸ ਦੇਣੀ ਹੈ ਜਮਾਂ ਜ਼ਿਆਦਾ ਨਹੀਂ ਦੇਣੀ ਹੈਗੀ ਫਿਰ ਜਦੀ ਬ੍ਰੇਕ ਦੱਬਣੀ ਹੈ ਚਲੋ ਰੇਸ ਦਿਓ ਮਾੜੀ ਜੀ ਹਾਂਜੀ ਹਾਂਜੀ ਬਾ ਬ੍ਰੇਕ ਦੱਬੋ ਥੋੜ੍ਹੀ ਜਿਹੀ ਅੱਗੇ ਹੁਣ ਬਸ ਹੁਣ ਬ੍ਰੇਕ ਛੱਡੋ ਮਾੜੀ ਜੀ ਬ੍ਰੇਕ ਛੱਡੋ ਚਲੋ ਬਸ ਹੁਣ ਬ੍ਰੇਕ ਦੱਬ ਕੇ ਪਾਰਕਿੰਗ ਚਲਾ ਦਿਓ ਹੁਣ ਕੀ ਕਰਨਾ ਹੁਣ ਹੈਂਡ ਬ੍ਰੇਕ ਦੱਬਣਾ ਹਾਂਜੀ ਤੇ ਹੁਣ ਕਰ ਦਿਓ ਬੰਦ ਸੋ ਇਹ ਸੀਗਾ ਜੀ ਅੱਜ ਦਾ ਟਿਊਟੋਰੀਅਲ ਹੋਪਫੁਲੀ ਤੁਸੀਂ ਪਹਿਲਾ ਲੈਸਨ ਇੰਜੋਏ ਕੀਤਾ ਹੋਊਗਾ ਡੈਡੀ ਤੁਸੀਂ ਆਪਣੇ ਕੁਛ ਪਹਿਲੇ ਐਕਸਪੀਰੀਅੰਸ ਬਾਰੇ ਕਹਿਣਾ ਚਾਹੁੰਦੇ ਹੋ ਬੇਟਾ ਹਾਂ ਮੈਂ ਬਹੁਤ ਡਰ ਕੇ ਚਲਾਈ ਆ ਕਿਉਂਕਿ ਮੈਂ ਕਦੇ ਗੱਡੀ 'ਚ ਬੈਠੇ ਨਹੀਂ ਆਪਣੇ ਕੋਲ ਕਈ ਵਾਰੀ ਕਾਰਾਂ ਲੋਕ ਘੜਾ ਜਾਂਦੇ ਸੀਗੇ ਹਾਂਜੀ ਆਪਾਂ ਨੇ ਚਲਾਈ ਨਹੀਂ ਆਪਾਂ ਨੇ ਜਿੱਦਣ ਆਪਣੀ ਲਈ ਉਦੋਂ ਚਲਾਈ ਮੈਂ ਵੀ ਪਹਿਲਾਂ ਆਪਣੀ ਮਸਟੈਂਗ ਹੀ ਚਲਾਈ ਸੀ ਜਦੋਂ ਲਈ ਸੀ ਹੌਲੀ ਹੌਲੀ ਸਿੱਖ ਲਾਂਗੇ 10 ਲੈਸਨ ਲਵਾਂਗੇ ਹਾਂਜੀ 10 ਲੈਸਨ ਚਾਹੀਦੇ ਆ ਪਿੰਡ ਦੇ ਆਉਣ ਦੇ ਚਾਹੀਦੇ ਨੇ ਫਿਰ ਸ਼ਹਿਰ 'ਚ ਵੀ ਜਦੋਂ ਜਾਣਾ ਬੰਦਾ ਨਾਲ ਹੋਵੇ ਨਹੀਂ ਫਿਰ ਆਪਾਂ ਇਹ 6-7 ਲੈਸਨਾਂ ਬਾਅਦ ਸ਼ਹਿਰ 'ਚ ਜਾਵਾਂਗੇ ਹੌਲੀ ਹੌਲੀ ਹਾਂਜੀ ਸਵੇਰ ਵੇਲੇ ਚਲੇ ਜਾਵਾਂਗੇ ਸਾਜਰੇ ਹਾਂਜੀ ਹਾਂਜੀ ਫਿਰ ਦੂਏ ਦਿਨ ਦੁਪਹਿਰੇ ਹਾਂਜੀ ਫਿਰ ਹੌਲੀ ਹੌਲੀ ਹੋ ਜਾਊਗਾ ਲੈਸਨ ਲੈਣੇ ਜ਼ਰੂਰੀ ਨੇ ਇਹ ਸੀਗੀ ਅੱਜ ਦੀ ਵੀਡੀਓ ਉਦੋਂ ਬਾਅਦ ਡੈਡੀ ਫਿਰ ਤੁਹਾਨੂੰ ਸਾਰਿਆਂ ਨੂੰ ਗੱਡੀ ਸਿਖਾ ਕਰਨਗੇ ਜੇ ਕਿਸੇ ਨੇ ਲੈਸਨ ਲੈਣਾ ਹੋਇਆ ਡੈਡੀ ਨੂੰ ਬੁੱਕ ਕਰ ਸਕਦੇ ਹੋ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਤੇ ਬਾਏ